ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਇੱਕ ਹੋਰ ਯੂਕੇ ਟੂਰਿਸਟ ਵੀਜ਼ਾ ਅਪਰੂਵਲ ਮਿਸਟਰ ਗੁਰਦੀਪ ਸਿੰਘ ਜੀ ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ ਐਂਡ ਹੀ ਇਜ਼ ਅ ਬਿਜ਼ਨਸਮੈਨ, ਸਿੰਗਲ ਨੇ, ਮੈਰਿਡ ਨਹੀਂ ਨੇ, ਆਲਰੇਡੀ ਟਰੈਵਲ ਹਿਸਟਰੀ ਦੋ ਕੰਟਰੀ ਦੀ ਹੈਗੀ ਹੈ। ਇਹਨੇ ਕਿਹਾ ਸੀ ਸਰ ਯੂਕੇ ਦਾ ਵੀਜ਼ਾ ਅਪਲਾਈ ਕਰੋ ਐਂਡ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਐਂਡ ਅੱਜ ਵੀਜ਼ਾ ਇਹਨਾਂ ਦੇ ਹੱਥ ਵਿੱਚ ਹੈ। ਇਹਨਾਂ ਦਾ ਰਿਸੀਵ ਕੀਤਾ ਸੀ ਪਾਸਪੋਰਟ, ਅੱਜ ਸਪੈਸ਼ਲੀ ਆਫਿਸ ਥੈਂਕਸ ਕਰਨ ਲਈ ਆਏ ਨੇ। ਬਾਕੀ ਗੱਲਾਂ ਆਪਾਂ ਸਾਂਝੀਆਂ ਕਰਦੇ ਹਾਂ ਗੁਰਦੀਪ ਸਰ ਨਾਲ। ਸੋ ਫਸਟ ਆਫ ਆਲ ਗੁਰਦੀਪ ਸਰ, ਥੈਂਕ ਯੂ ਫੋਰ ਦਾ ਗਿਫਟ। ਦੋਸਤੋ, ਇਹ ਗਿਫਟ ਲੈ ਕੇ ਆਏ ਨੇ ਫੇਰਰੋ ਰੋਸ਼ਰ ਐਂਡ ਸਵੀਟਸ, ਸੋ ਨਾਈਸ ਆਫ ਯੂ ਸਰ। ਫਸਟ ਆਫ ਆਲ ਥੈਂਕ ਯੂ ਐਂਡ ਸਰ ਤੁਹਾਡਾ ਪਾਸਪੋਰਟ। ਅੱਜ ਮੈਂ ਵੀਜ਼ਾ ਆਪਣੇ ਆਇਆ ਔਰ ਫਸਟ ਟਾਈਮ ਮੈਂ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਔਰ ਅੱਜ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਯੂਕੇ ਦਾ ਵੀਜ਼ਾ ਮਿਲ ਗਿਆ। ਸੋ ਇਹ ਮੈਂ ਵੀਜ਼ਾ ਯੂਟਿਊਬ 'ਤੇ ਮੈਂ ਦੇਖ ਰਿਹਾ ਸੀਗਾ ਇੱਕ ਸਾਲ ਤੋਂ। ਸੋ ਅੱਜ ਮੈਨੂੰ ਇਸ ਵੀਜ਼ੇ ਨਾਲ ਪਰਮਾਤਮਾ ਨੇ ਬਲੈਸ ਕੀਤਾ, ਅੱਜ ਮੈਂ ਸਰ ਨੂੰ ਖੁਸ਼ੀ ਦੇ ਨਾਲ ਮਿਲਣ ਆਇਆ। ਥੈਂਕ ਯੂ ਸੋ ਮਚ। ਇਹੀ ਦੁਆਏ ਸਾਰਿਆਂ ਨੂੰ ਵੀਰੋ ਕਿ ਤੁਸੀਂ ਵੀਜ਼ਾ ਆਪਣੇ ਨਾਲ ਮਿਲੋ ਅਤੇ ਆਪਣੇ ਸੁਪਨੇ ਸਵੀਕਾਰ ਕਰੋ। ਕਿਆ ਬਾਤ, ਥੈਂਕ ਯੂ। ਥੈਂਕ ਯੂ ਸੋ ਮਚ ਸਰ। ਐਂਡ ਸਰ ਇੱਕ ਗੱਲ ਮੈਨੂੰ ਪਲੀਜ਼ ਦੱਸੋ ਕਿ ਜਿਹੜਾ ਲੋਕਾਂ ਨੇ ਵੀਜ਼ਾ ਹਾਲੇ ਅਪਲਾਈ ਕਰਨਾ, ਉਹਨਾਂ ਵਾਸਤੇ ਤੁਹਾਡੀ ਰਾਏ ਕੀ ਰਹੇਗੀ? ਬਿਕੋਜ਼ ਬਹੁਤ ਜ਼ਿਆਦਾ ਕੰਸਲਟੈਂਟਸ ਨੇ ਔਰ ਲੋਕ ਕਾਫੀ ਕੰਫਿਊਜ਼ ਹੋ ਜਾਂਦੇ ਨੇ, ਉਹਦੇ ਬਾਰੇ ਤੁਹਾਡੀ ਕੀ ਸੁਜੈਸ਼ਨ ਰਹੇਗੀ ਲੋਕਾਂ ਨੂੰ? ਹਾਂਜੀ ਸਰ, ਇਹਦੇ 'ਚ ਇਸ ਤਰ੍ਹਾਂ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਕਿ ਤੁਹਾਨੂੰ ਕਨਫਿਊਜ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਵੀਜ਼ਾ ਹੱਬ ਨਾਲ ਤੁਸੀਂ ਜੁੜ ਕੇ ਆਪਣੀ ਫਾਈਲਿੰਗ, ਆਪਣੀ ਪ੍ਰੋਫਾਈਲ ਅੱਛੀ ਮੇਨਟੇਨ ਕਰੋ ਅਤੇ ਤੁਹਾਡਾ ਵੀਜ਼ਾ ਜਿਹੜਾ ਜ਼ਰੂਰ ਆਏਗਾ, ਜਿਸ ਤਰ੍ਹਾਂ ਜੇ ਮੇਰਾ ਆਇਆ ਅਤੇ ਤੁਹਾਡਾ ਵੀ ਵੀਜ਼ਾ ਆਏਗਾ। ਕਿਆ ਬਾਤ ਹੈ ਸਰ, ਕਿੰਨੇ ਖੁਸ਼ ਹੋ ਅੱਜ? ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਂ ਫਸਟ ਟਾਈਮ ਮੇਰਾ ਵੀਜ਼ਾ ਰੋਕੇ ਦਾ ਜਿਹੜਾ ਮੈਂ ਅਪਲਾਈ ਕੀਤਾ ਸੀ ਔਰ ਫਸਟ ਟਾਈਮ ਮੈਨੂੰ ਮਿਲਿਆ, ਮੈਂ ਬਹੁਤ ਖੁਸ਼ ਹਾਂ। ਕਿਆ ਬਾਤ, ਵੀਜ਼ਾ ਦੇ ਨਾਲ ਮੈਂ ਸੰਪਰਕ ਦੇ ਵਿੱਚ ਆ ਕੇ। ਥੈਂਕ ਯੂ ਸੋ ਮਚ ਸਰ। ਐਂਡ ਸਰ ਮੇਰੇ ਵੱਲੋਂ, ਮੇਰੀ ਪੂਰੀ ਟੀਮ ਵੱਲੋਂ ਤੁਹਾਨੂੰ ਵਨਸ ਅਗੇਨ ਬਹੁਤ ਬਹੁਤ ਮੁਬਾਰਕਾਂ ਸਰ। ਥੈਂਕ ਯੂ ਸਰ। ਥੈਂਕ ਯੂ ਸੋ ਮਚ ਸਰ।